ਬੇਬੇ ਕੀ ਕਰ ਲਿਆ? ਮਾਂ ਤੈਨੂੰ ਮੈਂ ਕਿੰਨਾ ਰੋਕਿਆ ਸੀ, ਤੈਨੂੰ ਕਹਿ ਜੱਸੀ ਨੂੰ ਨਾ ਲਿਆ, ਤੂੰ ਆਪ ਵੀ ਕੀ ਹਾਲ ਕਰ ਲਿਆ ਆਪਦਾ ਮਾਂ? ਤੂੰ ਇਹਨਾਂ ਦੇ ਘਰੇ ਜਾ ਕੇ ਆਪਦੇ ਕਰੰਟ ਕਾਹਤੋਂ ਲਾਇਆ? ਆ ਕੀ ਗਲ ਮਚਾ ਲਿਆ ਸਾਰਾ? ਨਹੀਂ ਕਰੰਟ ਕਾਹਤੋਂ ਲਾਇਆ ਤੂੰ? ਪਹਿਲਾਂ ਤੂੰ ਮੈਨੂੰ ਦੱਸ, ਹੁਣ ਤੂੰ ਕੀ ਕਰਨਾ ਚਾਹੁੰਦੀ ਦੱਸ, ਕੀ ਕਰਨਾ ਮਾਂ? ਮੈਨੂੰ ਨਹੀਂ ਪਤਾ, ਜੱਸੀ ਨੂੰ ਅਸੀਂ ਰੱਖ ਲਈਏ ਆਪਦੇ ਕੋਲ, ਜੋ ਕੁਛ ਕਰਨਾ ਉਹ ਵੀ ਕਰੋ। ਫਿਰ ਉਦੋਂ ਤੂੰ ਮੇਰੇ ਅੱਖ ਕਾਹਤੋਂ ਨਹੀਂ ਲੱਗੀ ਪੁੱਤ ਦੇ? ਉਦੋਂ ਦੇ ਵਿੱਚ ਜੱਸੀ ਨੂੰ ਲੈ ਕੇ ਆਏ ਸੀ ਅਸੀਂ ਘਰੋਂ, ਅਤੇ ਲੁਧਿਆਣੇ ਗੁਰੂ ਅਰਜਨ ਦੇਵ ਨਗਰ ਮੁਹੱਲਾ ਸੰਗਲ ਨਾਲ ਵੀਰਾ ਬੰਨਿਆ ਹੋਇਆ ਸੀਗਾ ਕਈ ਸਾਲਾਂ ਤੋਂ, 12-13 ਸਾਲ ਹੋ ਗਏ ਸੀਗੇ, ਅਪਸੈਟ ਹੋ ਗਿਆ ਸੀ ਵੀਰਾ। ਮਾਂ ਵੀ ਠੀਕ ਨਹੀਂ ਸੀ, ਥੋੜ੍ਹੀ ਪ੍ਰੋਬਲਮ ਆ ਮਾਤਾ ਨੂੰ ਵੀ, ਉਹੀ ਪ੍ਰੋਬਲਮ ਅੱਗੇ ਮਾਤਾ ਦੇ ਬੇਟੇ ਨੂੰ, ਉਹੀ ਪ੍ਰੋਬਲਮ ਅੱਗੇ ਮਾਤਾ ਦੀਆਂ ਦੋਹਤੀ ਨੂੰ ਵੀ ਅੱਗੇ ਹੋ। ਸਮਾਂ ਬੀਤਦਾ ਗਿਆ, ਜੱਸੀ ਵੀਰਾ ਬਹੁਤ ਠੀਕ ਹੋ ਗਿਆ, ਜੱਸੀ ਵੀਰੇ ਦੇ ਸੰਗਲ ਖੁੱਲ੍ਹ ਗਏ, ਸਾਡੇ ਕੋਲ ਇੱਥੇ ਆ ਕੇ ਜੱਸੀ ਵੀਰਾ ਸੇਵਾ ਵੀ ਕਰਾਉਣ ਲੱਗ ਗਿਆ, ਪ੍ਰਸ਼ਾਦਾ ਪਾਣੀ ਪ੍ਰਸ਼ਾਦ ਦਾ ਜਿੰਨਾ ਕੁ ਹੋ ਸਕਦਾ ਸੀ ਓਨਾ ਕੁ ਕੰਮ ਵੀਰਾ ਕਰਾਉਂਦਾ ਸਾਡੇ ਨਾਲ। ਮਾਤਾ ਆਪਣੇ ਬੇਟੇ ਨਾਲ ਲੈ ਕੇ ਘਰ ਚਲੇ ਗਈ, ਥੋੜ੍ਹੇ ਟਾਈਮ ਬਾਅਦ ਹੀ ਦੁਬਾਰਾ ਫਿਰ ਪ੍ਰੋਬਲਮ ਆਉਣ ਲੱਗ ਗਈ, ਮਾਤਾ ਨੂੰ ਪ੍ਰੋਬਲਮ ਆਉਣ ਲੱਗ ਗਈ, ਹਾਲਾਂਕਿ ਜੱਸੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਈ। ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਾਤਾ ਨੇ ਦੋ ਵਾਰ, ਇੱਕ ਵਾਰ ਤਾਂ ਆਪਦੇ ਆ ਕਰੰਟ ਲਾ ਲਿਆ, ਪੱਖੇ 'ਚ ਤਾਰਾਂ ਕੱਢ ਕੇ ਇੱਥੇ ਗਲ 'ਤੇ ਲਾ ਲਈਆਂ, ਅਤੇ ਵਾਹਿਗੁਰੂ ਦੀ ਕਿਰਪਾ, ਚਲੋ ਘਰ MCB ਵਗੈਰਾ ਲੱਗੇ ਸੀ ਉਹ ਕੱਟ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਾਈ ਵੜ ਗਈ ਜੱਸੀ, ਜਸਪਾਲ ਸਿੰਘ ਜੱਸੀ ਵੀਰਾ ਸਾਡੇ ਕੋਲ, ਇਹ ਕਿਹੜੇ ਸਾਲ 'ਚ ਲੈ ਕੇ ਆਏ ਸੀ ਇਹਨੂੰ ਘਰੋਂ? 7 ਸਾਲ ਹੋ ਗਏ, 2018 'ਚ ਲੈ ਕੇ ਆਏ ਸੀ। 2018 ਦੇ ਵਿੱਚ ਜੱਸੀ ਨੂੰ ਲੈ ਕੇ ਆਏ ਸੀ ਅਸੀਂ ਘਰੋਂ, ਅਤੇ ਲੁਧਿਆਣੇ ਗੁਰੂ ਅਰਜਨ ਦੇਵ ਨਗਰ ਮੁਹੱਲਾ ਸੰਗਲ ਨਾਲ ਵੀਰਾ ਬੰਨਿਆ ਹੋਇਆ ਸੀਗਾ ਕਈ ਸਾਲਾਂ ਤੋਂ, 12-13 ਸਾਲ ਹੋ ਗਏ ਸੀਗੇ, ਅਪਸੈਟ ਹੋ ਗਿਆ ਸੀ ਵੀਰਾ। ਇਹਦੇ ਜੱਸੀ ਦੇ ਫਾਦਰ ਦੀ ਡੈਥ ਹੋ ਗਈ, ਸਾਨੂੰ ਜਿਹੜੀ ਇੱਕ ਵੀਡੀਓ ਬਣਾ ਕੇ ਭੇਜੀ ਭੈਣ ਹੋਣਾ ਵੱਲੋਂ, ਜੱਸੀ ਆਪਣੇ ਪਾਪਾ ਦੇ ਪਾਵੇ ਦੇ ਕੋਲ ਬੰਨਿਆ ਹੋਇਆ ਸੀ, ਅਤੇ ਇਹਦੇ ਫਾਦਰ ਸਾਹਿਬ ਮੰਜੇ ਦੇ ਉੱਤੇ ਲੇਟੇ ਹੋਏ ਸੀ, ਡੈੱਡ ਬੋਡੀ ਉੱਤੇ ਬਰਫ਼ 'ਤੇ ਸਿੱਲੀਆਂ ਪਈਆਂ ਸੀ, ਅਤੇ ਜੱਸੀ ਉਹਨਾਂ ਨੂੰ ਉਠਾ ਰਿਹਾ ਸੀ, ਪੈਰ ਨੂੰ ਸੰਗਲ ਲੱਗਿਆ। ਉਹ ਵੀਡੀਓ ਨੂੰ ਦੇਖ ਕੇ ਅਸੀਂ ਭੋਗ ਤੋਂ ਬਾਅਦ ਕੁਛ ਦਿਨਾਂ ਬਾਅਦ ਜਾ ਕੇ ਉੱਥੋਂ ਜੱਸੀ ਨੂੰ ਲੈ ਕੇ ਆਏ, ਮਾਤਾ ਨੂੰ ਵੀ ਲੈ ਕੇ, ਦੋਨੇ ਮਾਂ ਪੁੱਤ ਹੀ ਸੀ ਘਰੇ। ਮਾਂ ਵੀ ਠੀਕ ਨਹੀਂ ਸੀ, ਥੋੜ੍ਹੀ ਪ੍ਰੋਬਲਮ ਆ ਮਾਤਾ ਨੂੰ ਵੀ, ਉਹੀ ਪ੍ਰੋਬਲਮ ਅੱਗੇ ਮਾਤਾ ਦੇ ਬੇਟੇ ਨੂੰ, ਉਹੀ ਪ੍ਰੋਬਲਮ ਅੱਗੇ ਮਾਤਾ ਦੀਆਂ ਦੋਹਤੀ ਨੂੰ ਵੀ ਅੱਗੇ ਹੋ ਗਈ। ਤਾਂ ਫਿਰ ਜੱਸੀ ਵੀਰਾ ਸਾਡੇ ਕੋਲ ਇੱਥੇ ਆਇਆ, ਮਾਤਾ ਚਲੇ ਗਏ, ਆ ਗਏ, ਚੱਲਦਾ ਰਹਿੰਦਾ ਸੀ, ਮਾਤਾ ਜੀ ਦੀ ਦਵਾਈ ਸਾਡੇ ਕੋਲ ਚੱਲਦੀ ਰਹੀ ਲਗਾਤਾਰ, ਹਰ ਮਹੀਨੇ ਦਵਾਈ ਲੈਣ ਆਉਂਦੇ। ਸਮਾਂ ਬੀਤਦਾ ਗਿਆ, ਜੱਸੀ ਵੀਰਾ ਬਹੁਤ ਠੀਕ ਹੋ ਗਿਆ, ਜੱਸੀ ਵੀਰੇ ਦੇ ਸੰਗਲ ਖੁੱਲ੍ਹ ਗਏ, ਸਾਡੇ ਕੋਲ ਇੱਥੇ ਆ ਕੇ ਜੱਸੀ ਵੀਰਾ ਸੇਵਾ ਵੀ ਕਰਾਉਣ ਲੱਗ ਗਿਆ, ਪ੍ਰਸ਼ਾਦਾ ਪਾਣੀ ਪ੍ਰਸ਼ਾਦ ਦਾ ਜਿੰਨਾ ਕੁ ਹੋ ਸਕਦਾ ਸੀ ਓਨਾ ਕੁ ਕੰਮ ਵੀਰਾ ਕਰਾਉਂਦਾ ਸਾਡੇ ਨਾਲ। ਵਕਤ ਬੀਤਦਾ ਗਿਆ, ਜੱਸੀ ਵੀਰੇ ਦੇ ਏਡਾ ਦਾੜਾ ਪ੍ਰਕਾਸ਼ ਹੋ ਗਿਆ, ਸਿਰ 'ਤੇ ਜੂੜਾ ਹੋ ਗਿਆ, ਦਸਤਾਰ ਬਣਨੀ, ਇਸ਼ਨਾਨ ਪਾਣੀ ਹੋਣਾ, ਸੋਹਣੇ ਕੁੜਤਾ ਪਜਾਮਾ ਪਾ ਕੇ ਰਹਿਣਾ ਬਹਿਣਾ, ਮਾਂ ਮਿਲ ਕੇ ਜਾਂਦੀ, ਦੇਖ ਕੇ ਜਾਂਦੀ, ਮਾਤਾ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ
ਲਾਲਚ ਪੈਦਾ ਹੋ ਗਿਆ ਵੀ ਮੇਰਾ ਹੁਣ ਪੁੱਤ ਠੀਕ ਆ, ਮੈਂ ਇਹਨੂੰ ਵਿਆਹਾਂ, ਮੈਂ ਇਹਦੇ ਸਿਰ 'ਤੇ ਨਾ ਹਾਂ, ਮੈਂ ਇਹਦੇ ਨਾਲ ਰਹਾਂ, ਇਹ ਕੰਮ ਕਰੂਗਾ, ਅਸੀਂ ਦੋਨੇ ਮਾਂ ਪੁੱਤ ਰਹਾਂਗੇ ਫਿਰ। ਪਰ ਸਾਨੂੰ ਪਤਾ ਸੀਗਾ ਵੀ ਜੱਸੀ ਦਾ ਜਿਹੜਾ ਦਿਮਾਗ ਆ ਉਹ ਡਾਕਟਰਾਂ ਨੇ ਦੱਸਿਆ ਸ਼ਰਿੰਕ ਹੋ ਗਿਆ, ਕਿਉਂਕਿ ਇੰਨੇ ਸਾਲ ਬੰਨਣ ਦੇ ਨਾਲ ਦਿਮਾਗ ਸੁੰਗੜ ਗਿਆ ਸੀ। ਡਾਕਟਰਾਂ ਨੇ ਦੱਸਿਆ ਸੀ ਵੀ ਇਹਨੂੰ ਟ੍ਰੇਨਡ ਤਾਂ ਕੀਤਾ ਜਾ ਸਕਦਾ ਪਰ ਇੰਡੀਪੈਂਡੈਂਟ ਨਹੀਂ ਇਹ ਹੋ ਸਕਦਾ। ਮੈਨੂੰ ਸਮਝਾਇਆ ਸਿਖਾਇਆ ਜਾ ਸਕਦਾ, ਤੋਂ ਕੰਮ ਕਰਾਇਆ ਜਾ ਸਕਦਾ, ਪਰ ਇਹ ਖੁਦ ਨਹੀਂ ਇਹਨੂੰ ਔੜੂਗੀ, ਇਹ ਖੁਦ ਨਹੀਂ ਇਹ ਆਪ ਇਹਦੇ ਖਿਆਲ ਬਣਨਗੇ ਇੱਦਾਂ ਦੇ ਦਿਮਾਗ। ਅਤੇ ਜੱਸੀ ਸਾਡੇ ਕੋਲ ਤਾਂ ਜਦ ਰਹਿੰਦਾ ਸੀ ਪੀੜਾ, ਅਸੀਂ ਹਰ ਰੋਜ਼ ਕਿਉਂਕਿ ਇੱਕੋ ਤਰ੍ਹਾਂ ਦੀਆਂ ਡਿਊਟੀਆਂ ਅਸੀਂ ਕਰਦਾ ਰਹਿੰਦਾ ਸੀ ਬਾਈ ਨਾਲ, ਸਾਡੇ ਜਿੰਨੀ ਕੁ ਹੁੰਦੇ ਮੰਜੇ ਬਿਸਤਰੇ ਲਵਾ ਤੇ, ਮੰਜੇ ਇਕੱਠੇ ਕਰਾ ਤੇ। ਅਤੇ ਮਾਤਾ ਜੀ ਜਦੋਂ ਲੈ ਕੇ ਗਏ, ਮਾਤਾ ਜੀ ਨੂੰ ਵੀ ਅਸੀਂ ਬਹੁਤ ਸਮਝਾਇਆ ਬਸ ਕਰੋ ਹੁਣ ਵੀ ਮਾਂ ਨਾ ਲੈ ਕੇ ਜਾ, ਪਾਣੀ ਪਿਲਾਓ ਬੇਬੇ, ਨਹੀਂ ਪਾਣੀ ਨਾ, ਹੋਰ ਨਿਕਲ ਗਿਆ ਪਾਣੀ, ਨਹੀਂ ਨਿਕਲਦਾ ਹਲੇ ਪਾਣੀ, ਇਹ ਜਾਲਾ, ਇਹ ਜਾਲਾ, ਪਹਿਲਾਂ ਨਿਕਲ ਗਿਆ, ਕੋਈ ਨਾ ਇਹ ਜਾਲਾ, ਪਹਿਲਾਂ ਨਿਕਲ ਗਿਆ, ਚੰਗਾ ਇਹ ਜਾਲਾ ਨਿਕਲ ਗਿਆ ਜਾਲਾ, ਪਹਿਲਾਂ ਨਿਕਲੇ ਵਾ ਥੱਲੇ, ਫੜ ਤੂੰ ਫੜ, ਕੋਈ ਨਾ ਹੋਰ ਪੀ ਲਾ, ਹਾਂ ਪੀ ਲਾ ਪੀ ਲਾ, ਹਾਂ ਤੇ ਸੰਗ ਚੜ ਜਾ, ਠੀਕ ਹੈ ਮਾਂ, ਹੁਣ ਨਹੀਂ ਲੈਣਾ, ਠੀਕ ਹੈ ਨਾਲ ਨਾਲ ਲੈ ਜੱਸੀ ਤੂੰ ਪੀ ਲੈ ਪਾਣੀ, ਜਦੇ ਸੁਖਣ ਦਾ ਜੂਠਾ ਮੇਰਾ ਦੇਣਾ ਦੇਣਾ, ਕੀ ਹੋ ਜੂ ਜੂਠਾ ਮਾਂ ਦਾ, ਹਾਂ ਮੇਰਾ ਜੂਠਾ, ਮੇਰੀ ਤਾਂ ਹੋਰ ਬਿਮਾਰੀ ਹੋਊਗੀ, ਮੇਰੀ ਤਾਂ ਹੋਰ ਬਿਮਾਰੀ ਹੋਊਗੀ, ਹੋਰ ਮੇਰੇ ਪੈਰ ਵੀ ਥੱਲਿਓ ਜਲ ਗਏ, ਆਏ ਆਏ ਮਾਤਾ ਕੁਲਦੀਪ ਕੌਰ, ਦੇਰ ਕਰਦੇ ਆ ਸਾਡੇ ਕੋਲੋਂ ਆਪਣੇ ਬੇਟੇ ਨੂੰ ਕਿੰਨੇ ਕੁ ਮਹੀਨੇ ਹੋ ਗਏ ਭੈਣੇ ਲੱਗ ਗਏ, ਚਾਰ ਮਹੀਨੇ ਪਹਿਲਾਂ, ਨਾ ਬੜਾ ਬੋ ਆਪਣੇ ਪੁੱਤ ਨੂੰ, ਨਾ ਬੜਾ ਬੋ ਮਾਰਚ ਦੇ ਵਿੱਚ ਲੈ ਕੇ ਗਈ, ਆਏ ਮਰ ਜਾਣਾ ਹੁਣ, ਨਹੀਂ ਰਿਹਾ ਕੁਛ ਵੀ, ਤੇ ਚਾਰ ਮਹੀਨਿਆਂ 'ਚ ਜੱਸੀ ਪੀਰੇ ਦੇ ਸਿਰ 'ਤੇ ਦਸਤਾਰ ਵੀ ਉਤਰ ਗਈ, ਵਾਲ ਵੀ ਕੱਟੇ ਗਏ, ਦਾੜੀ ਵੀ ਕੱਟੀ ਗਈ, ਤੇਰੀ ਵੀ ਬੁਰਾ ਹਾਲ ਹੋਣਾ ਜਿਹੜਾ ਤੂੰ ਸਾਨੂੰ ਲਿਆ ਖਰ ਦਿੱਤਾ, ਐ ਨਹੀਂ ਕਹਿਣਾ ਮਾਂ, ਤੇਰੀ ਧੀ ਆ ਉਹ, ਐ ਨਹੀਂ ਕਹਿਣਾ, ਲਿਆਈ ਲਿਆਈ, ਐ ਨਹੀਂ ਕਹਿਣਾ, ਸਵੇਰ ਦੀ ਤੁਰੀ ਆ, ਕੋਈ ਨਾ ਮਾਂ, ਐ ਨਹੀਂ ਕਹਿਣਾ, ਤੇ ਪਹਿਲਾਂ ਦੀ ਛੇ ਵਜੇ ਤੇ ਹੋਰੇ ਹੋਰ ਪੁਲ ਚੜੀ ਗਿਆ, ਇਹਨੂੰ ਮੱਤ ਮਾਰਤੀ ਉਹਦੀ ਵੀ ਗੱਡੀ ਦਾ ਭਾਰਾ, ਐਕਸੀਡੈਂਟ ਹੋਣਾ ਤਾ ਵਿੱਚ ਪਹੁੰਚਿਆ, ਮਸੀ ਉੱਧਰ ਵੜ ਗਿਆ ਪਿੰਡ 'ਚ, ਪਿੰਡ 'ਚੋਂ ਮੋੜ ਕੇ ਲਿਆਇਆ ਗੱਡੀ ਬੈਗ ਮੋੜੀ, ਚੱਲ ਹੁਣ ਬੋਲਣਾ ਨਹੀਂ, ਬਸ ਬਸ ਬਸ, ਕੁਲਦੀਪ ਚੱਕ ਲਓ ਛੇਤੀ, ਕਿੱਥੇ ਨੂੰ ਜਾਣਾ, ਠੀਕ ਹੈ ਮਾਂ ਚੱਲਦੇ ਛੇਤੀ ਚੱਕ ਲਓ, ਚੰਗਾ ਮਾਂ ਚੱਲਦੇ, ਤੇ ਅਰਦਾਸ ਕਰਿਓ ਇਹ ਮਾਂ ਦੇ ਲਈ ਤੇ ਮਾਂ ਦੇ ਪੁੱਤ ਲਈ ਜੱਸੀ ਲਈ, ਜਿਹੜਾ ਬਾਈ ਇੰਨੇ ਸਾਲ ਬੰਨੀ ਰੱਖਿਆ ਘਰ 'ਚ, ਕਿਉਂਕਿ ਉਦੋਂ ਵੀ ਕਾਰਨ ਸੀ ਪਿੱਛੇ, ਜੱਸੀ ਠੀਕ ਵੀ ਹੋ ਗਿਆ ਸੀ, ਇਹਨੂੰ ਕਿਸੇ ਨੇ ਬਹੁਤ ਜ਼ਿਆਦਾ ਕੁੱਟਤਾ ਸੀ, ਫਿਰ ਇਹ ਅਪਸੈਟ ਹੋ ਗਿਆ, ਫਿਰ ਘਰ ਵੀ ਕੁੱਟਮਾਰ ਕਰਦਾ ਸੀ ਆਪਣੀ ਮਾਂ ਨਾਲ, ਫਿਰ ਬੰਨਣਾ ਪੈ ਗਿਆ, ਦੋ ਧੀਆਂ ਸੀ ਉਹ ਤਾਂ ਵਿਆਹਤੀਆਂ ਸੀ, ਪੁੱਤ ਇਕੱਲਾ ਇਕੱਲਾ ਹੀ ਸੀ, ਉਹਨੂੰ ਬੰਨ ਕੇ ਰੋਟੀ ਪਾਣੀ ਖਵਾਈ ਜਾਂਦੇ ਸੀ ਕਿਵੇਂ ਨਾ ਕਿਵੇਂ, ਦੋਨੋਂ ਹਸਬੈਂਡ ਵਾਈਫ ਬਾਪੂ ਪੇਸ਼ੇ ਤੋਂ ਹਲਵਾਈ ਸੀਗਾ, ਤੇ ਅੱਜ ਬਾਪੂ ਵੀ ਚਲਾ ਗਿਆ, 7-8 ਸਾਲ ਹੋ ਗਏ, ਜੱਸੀ ਮੂੰਹ ਬੰਦ ਹੋ ਗਿਆ, ਕਿਵੇਂ ਤੂੰ ਮੰਮੀ ਨੂੰ ਨੀ ਪਿਆਰ ਕਰਦਾ ਆਪਦੀ ਨੂੰ, ਮੂੰਹ ਬੰਦ ਹੋ ਗਿਆ,
ਬੰਦ ਹੋ ਗਿਆ ਜਿਹੜੇ ਨੇ ਕਰੰਟ ਲਾਇਆ ਉਦੋਂ ਜੱਸੀ ਹੈ ਨਹੀਂ ਸੀ ਕੋਲੇ? ਅੱਛਾ ਉੱਥੇ ਸੀ ਦੂਜੀ ਕੁੜੀ ਕੋਲੇ ਸੀ ਇਹ। ਤੇ ਉਸ ਤੋਂ ਬਾਅਦ 'ਚ ਮਾਤਾ ਆਪਣੇ ਬੇਟੇ ਨੂੰ ਨਾਲ ਲੈ ਕੇ ਘਰ ਚਲੇ ਗਈ। ਥੋੜ੍ਹੇ ਟਾਈਮ ਬਾਅਦ ਹੀ ਦੁਬਾਰਾ ਫਿਰ ਪ੍ਰੋਬਲਮ ਆਉਣ ਲੱਗ ਗਈ, ਮਾਤਾ ਨੂੰ ਪ੍ਰੋਬਲਮ ਆਉਣ ਲੱਗ ਗਈ, ਹਾਲਾਂਕਿ ਜੱਸੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਈ। ਮਾਤਾ ਨੇ ਆਪ ਜੱਸੀ ਦੇ ਵਾਲ ਵੀ ਕਟਾਤੇ, ਦਾੜੀ ਵੀ ਕਟਾਤੀ, ਅਪਸੈਟ ਹੋ ਗਈ, ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਾਤਾ ਨੇ ਦੋ ਵਾਰ। ਇੱਕ ਵਾਰ ਤਾਂ ਆਪਦੇ ਆ ਕਰੰਟ ਲਾ ਲਿਆ, ਪੱਖੇ 'ਚ ਤਾਰਾਂ ਕੱਢ ਕੇ ਇੱਥੇ ਗਲ 'ਤੇ ਲਾ ਲਈਆਂ, ਅਤੇ ਵਾਹਿਗੁਰੂ ਦੀ ਕਿਰਪਾ, ਚਲੋ ਘਰ ਐਮ ਸੀ ਬੀ ਵਗੈਰਾ ਲੱਗੇ ਸੀ ਉਹ ਕੱਟ ਹੋ ਗਈ, ਅਤੇ ਫਿਰ ਦਰਵਾਜ਼ਾ ਭੰਨ ਕੇ ਅੰਦਰੋਂ ਕੱਢਿਆ ਮਾਤਾ ਨੂੰ। ਅਤੇ ਅਰਦਾਸ ਕਰਿਓ ਉਹਨੇ ਦੋਨੇ ਸਾਡੇ ਕੋਲ, ਤੁਸੀਂ ਦੇਖ ਹੀ ਰਹੇ ਹੋ ਕਿਹੜੀ ਹਾਲਤ 'ਚ ਆਏ ਨੇ, ਤਕੜਾ ਹੋਵੇ ਜੱਸੀ ਵੀ ਅਤੇ ਮਾਤਾ ਵੀ, ਅਰਦਾਸ ਕਰਿਓ। ਪਰ ਦੁੱਖ ਇਸ ਗੱਲ ਦਾ ਵੀ ਆ ਵੀ ਇਹ ਮਾਂ ਹੁਣ ਠੀਕ ਸੀਗੀ, ਪੁੱਤ ਵੀ ਠੀਕ ਸੀਗਾ, ਸਮਾਜਿਕ ਤੌਰ 'ਤੇ ਜਿਹੜੇ ਲੋਕ ਆਸ ਪਾਸ ਵਿਚਰਦੇ ਆ ਉਹਨਾਂ ਦਾ ਫਰਜ਼ ਸੀ ਵੀ ਮਾਤਾ ਨੂੰ ਸਹੀ ਤਰੀਕੇ ਨਾਲ ਗਾਈਡ ਕਰਦੇ। ਉਸ ਦਿਨ ਭੈਣ ਵੀ ਆਈ ਸੀ ਨਾਲ, ਜਦੋਂ ਮਾਂ ਲੈਣ ਆਏ ਜੱਸੀ ਨੂੰ, ਬਥੇਰਾ ਸਮਝਾਇਆ ਮਾਤਾ ਨੂੰ, ਭੈਣ ਨੇ ਵੀ ਸਮਝਾਇਆ, ਅਸੀਂ ਵੀ ਸਮਝਾਇਆ ਵੀ ਮਾਂ ਨਾ ਲੈ ਕੇ ਜਾ। ਪਰ ਇਹਦੇ ਦਿਮਾਗ 'ਚ ਪਤਾ ਨਹੀਂ ਕਿਹਨੇ ਹੀ ਪਾਤਾ ਸੀ ਗੱਲ ਵੀ ਨਹੀਂ ਮੈਂ ਹੁਣ ਜੱਸੀ ਨੂੰ ਲੈ ਕੇ ਜਾਣਾ, ਜੱਸੀ ਠੀਕ ਆ। ਅਤੇ ਬਸ ਸਾਡੀ ਤਾਂ ਇਹੀ ਅਰਦਾਸ ਬੇਨਤੀ ਆ ਵੀ ਜੇ ਆਪਾਂ ਕੁਛ ਕਰ ਨਹੀਂ ਸਕਦੇ ਤਾਂ ਚੰਗਾ ਨਹੀਂ ਕਰ ਸਕਦੇ, ਮਾੜਾ ਵੀ ਨਾ ਕਰੋ, ਕੋਈ ਰਾਇ ਇੱਦਾਂ ਦੀ ਦਿਓ ਜਿਹੜੀ ਅਗਲੇ ਦੀ ਜ਼ਿੰਦਗੀ 'ਚ ਬਿਹਤਰ ਕੁਛ ਹੋਵੇ। ਮਾੜਾ ਆ ਗਈ ਸਾਡੀ ਗੱਡੀ, ਆ ਗਈ ਆ ਰਿਹਾ ਕੀ ਗੱਡੀ ਵੀ ਆ ਲਿਆਓ ਵੀ ਚੇਰ ਅੱਗੇ ਬਸ ਕਰੋ ਕਿੱਦਾਂ ਰੋੜੂਗੇ ਕੁਲਦੀਪ ਗੁਰੇ। ਹੁਣ ਫਿਰ ਜਦੋਂ ਠੀਕ ਹੋ ਜਾਊਗਾ ਫਿਰ ਲੈ ਕੇ ਜਾਣਾ ਜੱਸੀ ਨੂੰ, ਹੁਣ ਤਾਂ ਨਹੀਂ ਲੈ ਕੇ ਜਾਂਦੀ, ਦਿਮਾਗ 'ਚ ਗੱਲਾਂ ਪਾੜੋ ਨਾ, ਮੇਰੇ ਹੋ ਗਈਆਂ, ਹੁਣ ਤਾਂ ਨਹੀਂ ਲੈ ਕੇ ਜਾਂਦੀ, ਪੱਕੀ ਗੱਲ ਆ, ਬਹੁਤ ਵੜ ਗਿਆ, ਵਾਦਾ ਭਾਈ ਬਾਪੂ ਨਾਲ, ਬਾ ਆਪਣੇ ਪੁੱਤ ਨਾਲ, ਆਪਣਾ ਆਪਣੀ ਪਤਾ ਮੈਨੂੰ ਵਾਦਾ ਕਰ ਪਹਿਲਾਂ। ਜੱਸੀ ਕੀ ਬਣ ਗਿਆ ਯਾਰ ਤੂੰ, ਹੈ ਤੂੰ ਕਿਹਾ ਨਹੀਂ ਮੰਮੀ, ਤੂੰ ਮੰਮੀ ਨੂੰ ਕਿਹਾ ਨਹੀਂ ਵੀ ਮੰਮੀ ਮੈਂ ਮਨੁੱਖਤਾ ਦੀ ਸੇਵਾ 'ਤੇ ਜਾਣਾ ਵਾ, ਕਿਹਾ ਨਹੀਂ ਤੂੰ ਮੰਮੀ ਨੂੰ?